ਵਧੀਆ ਹੈਗਾ। ਸੋ ਅੱਜ ਇਹਨਾਂ ਕੋਲੋਂ ਆਪਾਂ ਕੁਛ ਸੁਣਦੇ ਹਾਂ। ਸੋ ਸੁਣ ਕੇ ਮੈਨੂੰ ਦੱਸਣਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿ ਕਿੱਦਾਂ ਲੱਗਿਆ ਜੀ। ਆਓ ਜੀ, ਹੁਣ ਤੁਹਾਡੇ ਸਾਹਮਣੇ ਪੇਸ਼ ਹੈ ਵਿੱਕੀ ਜਗਾਵਾਂ ਜੀ। ਆਓ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੇਰੇ ਵੱਲੋਂ, ਅਤੇ ਸਾਡਾ ਛੋਟਾ ਭਰਾ ਵਾ ਬਾਈ ਮਿੰਨੀ ਭਜਣਾ ਵਾਲੀ, ਅਤੇ ਬਾਕੀ ਅਜੇ ਬਾਈ ਸੰਘਰਸ਼ ਕਰ ਰਿਹਾ ਵਾ, ਸਿੱਖ ਰਿਹਾ ਬਹੁਤ ਕੁਛ, ਨਵਾਂ ਮੁੰਡਾ ਵਾ। ਤੁਸੀਂ ਸਾਰਿਆਂ ਨੇ ਬਾਈ ਸਾਥ ਦੇਣਾ, ਠੀਕ ਹੈ, ਇੱਦਾਂ ਕਿਉਂਕਿ ਬਹੁਤ ਵਧੀਆ ਬਾਈ ਦੇ ਵਿੱਚ ਕਲਾ ਵਾ, ਨਿਖਾਰ ਕੇ ਬਹੁਤ ਅੱਗੇ ਵੀ ਹੋਰ ਵੀ ਵਧੀਆ ਹੋਊਗਾ ਜੀ। ਅਤੇ ਵੀਰ ਹੁਣੀ ਅੱਜ ਆਪਣੇ ਕੋਲ ਆਏ ਸੀਗੇ ਬਾਈ, ਅਤੇ ਅੱਜ ਅਸੀਂ ਕੁਛ ਕਹਿੰਦੇ ਬਾਈ ਸੁਣਾ ਨਵਾਂ, ਅਤੇ ਉਹਦੀਆਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਬਾਈ। ਉਹ ਪੈਸਾ ਹੋ ਗਿਆ ਏ ਥਾਂ ਥਾਂ ਉੱਤੇ ਮੁੱਖ ਜੀ, ਉਹ ਕੌਣ ਸੁਣਦਾ ਕਿਸੇ ਦੇ ਦੁੱਖ ਸੁੱਖ ਜੀ। ਉਹ ਪੈਸਾ ਹੋ ਗਿਆ ਏ ਥਾਂ ਥਾਂ ਉੱਤੇ ਮੁੱਖ ਜੀ, ਕੌਣ ਸੁਣਦਾ ਕਿਸੇ ਦੇ ਦੁੱਖ ਸੁੱਖ ਜੀ। ਉਹ ਭਾਵੇਂ ਆਪਣਾ ਤੇ ਭਾਵੇਂ ਹੈ ਕੋਈ ਗਹਿਰ ਬਈ, ਆਪੋ ਆਪਣੀ ਮਨਾਉਂਦੇ ਸਾਰੇ ਖੈਰ ਬਈ। ਉਹ ਕਿਹਦੇ ਕਿਹਦੇ ਬਾਰੇ ਦੱਸਾਂ ਕੌਣ ਕੌਣ ਬਾਈ ਜੀ, ਉਹ ਮਾੜੇ ਬੰਦੇ ਦਾ ਨੀ ਜੱਗ ਤੇ, ਉਹ ਬੰਦੇ ਦਾ ਨੀ ਜੱਗ ਤੇ ਜੀ ਆਉਣ ਬਾਈ ਜੀ, ਉਹ ਮਾੜੇ ਬੰਦੇ ਦਾ ਨੀ ਜੱਗ ਤੇ ਜੀ ਆਉਣ ਬਾਈ ਜੀ। ਉਹ ਬੁੱਢੇ ਮਾਪਿਆਂ ਦੀ ਪੁੱਛਦਾ ਕੋਈ ਸਾਰ ਨਾ, ਉਹ ਰੋਟੀ ਵੇਲੇ ਆਣੂ ਦੇਣ ਲਈ ਤਿਆਰ ਨਾ, ਉਹ ਬੁੱਢੇ ਮਾਪਿਆਂ ਦੀ ਪੁੱਛਦਾ ਕੋਈ ਸਾਰ ਨਾ, ਉਹ ਰੋਟੀ ਵੇਲੇ ਆਣੂ ਦੇਣ ਲਈ ਤਿਆਰ ਨਾ। ਉਹ ਸੁੱਖ ਚੈਨ ਕੋਲੋਂ ਮਾਪਿਆਂ ਦੇ ਮਾਣ ਕੇ, ਉਹ ਸਗੋਂ ਖੇਡਦੇ ਚਲਾਕੀਆਂ ਨੇ ਜਾਣ ਕੇ, ਉਹ ਬਸ ਕੰਨ ਤੋਂ ਹੀ ਲਾਉਂਦੇ ਨੇ ਆ ਫੋਨ ਬਾਈ ਜੀ, ਉਹ ਮਾੜੇ ਬੰਦੇ ਦਾ ਨੀ ਜੱਗ ਤੇ, ਉਹ ਬੰਦੇ ਦਾ ਨੀ ਜੱਗ ਤੇ ਜੀ ਆਉਣ ਬਾਈ ਜੀ, ਉਹ ਮਾੜੇ ਬੰਦੇ ਦਾ ਨੀ ਜੱਗ ਤੇ ਜੀ ਆਉਣ ਬਾਈ ਜੀ। ਉਹ ਗੁੱਸਾ ਕਰੇ ਉਹਨਾਂ ਵੀ ਕੀ ਨੇ ਜੇ ਆਦਤਾ, ਉਹ ਕਿਤੇ ਧਰਨੇ ਤੇ ਕਿਤੇ ਚੁਣ ਜਾ ਹਵਤਾ। ਉਹ ਗੁੱਸਾ ਕਰੇ ਉਹਨਾਂ ਵੀ ਕੀ ਨੇ ਜੇ ਆਦਤਾ, ਉਹ ਕਿਤੇ ਧਰਨੇ ਤੇ ਕਿਤੇ ਚੁਣ ਜਾ ਹਵਤਾ। ਉਦੋਂ ਮੰਗਦੇ ਚਗਾਵੇ ਦੀ ਆ ਖੈਰ ਬਈ, ਆ ਕੇ ਫੜਦੇ ਨੇ ਸਾਰਿਆਂ ਦੇ ਪੈਰ ਬਈ। ਉਹ ਜਦੋਂ ਲੜਨੀ ਹੁੰਦੀ ਆ ਕਹਿੰਦੇ ਚੋਣ ਬਾਈ ਜੀ, ਉਹ ਮਾੜੇ ਬੰਦੇ ਦਾ ਨੀ ਜੱਗ ਤੇ, ਉਹ ਬੰਦੇ ਦਾ ਨੀ ਜੱਗ ਤੇ ਜੇ ਆਉਣ ਬਾਈ ਜੀ, ਉਹ ਮਾੜੇ ਬੰਦੇ ਦਾ ਨੀ ਜੱਗ ਤੇ ਜੇ ਆਉਣ ਬਾਈ ਜੀ। ਥੈਂਕ ਯੂ ਜੀ ਸਾਰਿਆਂ ਦਾ, ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਬਾਈ ਹੁਣ, ਤੇ ਛੋਟੇ ਵੀਰ ਨੂੰ ਵੀ ਆਪਾਂ ਇਕੱਲੋ ਮੁਬਾਰਕਾਂ ਵੀ ਦਿੰਦੇ ਹਾਂ ਅੱਜ ਹੋਲੀ ਦੀਆਂ। ਤੇ ਸਾਡਾ ਵੱਡਾ ਵੀਰ ਆ ਬਾਈ ਮਨਵੀਰ, ਉਹ ਥੋੜ੍ਹਾ ਜਿਹਾ ਇੱਧਰ ਵਿਆਸਤਾ ਬਾਈ, ਵੀਡੀਓ ਬਣਾ ਰਿਹਾ ਨੀ, ਤੇ ਉਹ ਵੀ ਸਾਡੇ ਨਾਲ ਆ ਵੀਰ। ਤੇ ਸਾਡਾ ਵੱਡਾ ਬਾਈ ਹਰਜੀਤ ਸਿੱਧੂ ਬਾਈ ਦਾ ਸੈਕਟਰੀ ਆ ਜੀ, ਰਾਜਾ ਬਾਈ ਜਲਾਲਾਬਾਦ, ਤੇ ਬਾਈ ਕੋਲ ਬੈਠੇ ਸੀਗੇ ਜੀ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮੇਰੇ ਵੱਲੋਂ, ਤੇ ਕੁਛ ਬਾਈ ਹੁਣੀ ਕਹਿਣਾ ਚਾਹੂੰਗੇ। ਹੈਲੋ, ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨਵੀਰ ਸਿੰਘ ਮਾਨ, ਤਬਲਾ ਪਲੇਅਰ, ਔਰ ਅਸੀਂ ਅੱਜ ਬਾਈ ਹਰਜੀਤ ਸਿੱਧੂ ਜੀ ਦੇ ਦਫ਼ਤਰ ਆਏ ਸੀਗੇ, ਅਤੇ ਇਹ ਸਾਡਾ ਵਿੱਕੀ ਵੀਰ ਹੈ, ਵੱਡਾ ਵੀਰ ਸਾਡਾ, ਜਗਾਵਾਂ ਤੋਂ ਬਹੁਤ ਵਧੀਆ ਰਾਈਟਰ ਆ, ਬਹੁਤ ਸੋਹਣਾ ਲਿਖਦਾ ਵਾ, ਔਰ ਹੋਰ ਵੀ ਕਿਸੇ ਵੀ ਸਿੰਗਰ ਨੂੰ ਜਾਂ ਕਿਸੇ ਵੀ ਗਾਇਕ ਨੂੰ ਜਾਂ ਕਿਸੇ ਲੇਡੀਜ਼ ਆ ਜਾਂ ਕਿੱਦਾਂ ਵੀ ਹੈ, ਮੇਲ ਆ ਜਾਂ ਫੀਮੇਲ ਆ, ਕਿਸੇ ਨੂੰ ਗਾਣੇ ਵਾਸਤੇ ਡਿਊਟ ਚਾਹੀਦਾ ਹੋਵੇ ਜਾਂ ਸੋਲੋ ਗਾਣਾ ਚਾਹੀਦਾ, ਬਾਈ ਬਹੁਤ ਵਧੀਆ ਲਿਖਦੇ ਆ। ਅਤੇ ਸੋ ਅਸੀਂ ਵੀ, ਇਹ ਮੇਰੇ ਛੋਟਾ ਬ੍ਰਦਰ ਆ ਮਿੰਨੀ ਭਜਨਾਵ ਲਈ, ਇਹਦੇ ਲਈ ਵੀ ਜਲਦੀ ਕੁਛ ਨਾ ਕੁਛ ਲਿਖਣ ਵਾਲੇ ਆ, ਅਤੇ ਹੋਰ ਵੀ ਇਹਨਾਂ ਦੇ ਬਾਈ ਜੀ ਦੇ ਗਾਣੇ ਬਹੁਤ ਮਾਰਕੀਟ ਦੇ ਵਿੱਚ ਕਾਫੀ ਗਾਣੇ ਆ ਚੁੱਕੇ, ਡੀ ਡੀ ਪੰਜਾਬੀ ਦੇ ਵੀ ਲੱਗੇ ਹੋਏ ਆ, ਔਰ ਹੁਣੀ ਇੱਕ ਕਲਯੁੱਗ ਕੈਸਟ ਆਈ ਹੈ ਮੈਨੂੰ ਲੱਗਦਾ, ਅਤੇ ਉਹਦੇ ਵਿੱਚ ਵੀ ਬਾਈ ਜੀ ਦੇ 3 ਗਾਣੇ ਲਿਖੇ ਹੋਏ ਆ। ਅਤੇ ਮੈਨੂੰ ਉਮੀਦ ਆ ਕਿ ਤੁਸੀਂ ਬਾਈ ਜੀ ਨੂੰ ਜ਼ਰੂਰ ਕੰਟੈਕਟ ਕਰਨਾ, ਅਤੇ ਮੈਂ ਆਪਣਾ ਨੰਬਰ ਦੇਵਾਂਗਾ, ਉਸ ਨੰਬਰ 'ਤੇ ਮੇਰੇ ਨੰਬਰ 'ਤੇ ਕੰਟੈਕਟ ਕਰ ਲੈਣਾ, ਅਤੇ ਬਾਈ ਜੀ ਸਾਡੇ ਨਾਲ ਸਾਡੇ ਭਰਾ ਹੀ ਆ, ਅਤੇ ਆਪਾਂ ਕਿਸੇ ਨੂੰ ਵੀ ਗਾਣਿਆਂ ਦੀ ਜ਼ਰੂਰਤ ਹੋਵੇ ਜਿੱਦਾਂ ਦਾ ਵੀ ਲਿਖਣਾ ਚਾਹੁੰਦੇ ਹੋਵੇ, ਬਾਈ ਜੀ ਬਹੁਤ ਵਧੀਆ ਲਿਖਦੇ ਨੇ। ਸੋ ਨੰਬਰ ਹੈ ਜੀ 9501264593, ਇਹ ਨੰਬਰ ਆਪਣਾ, ਇਸ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਲਿਓ, ਅਤੇ ਆਪਾਂ ਜਦੋਂ ਵੀ ਤੁਹਾਨੂੰ ਕਿਸੇ ਨੂੰ ਵੀ ਗਾਣਿਆਂ ਦੀ ਜ਼ਰੂਰਤ ਹੋਵੇ ਅਤੇ ਆਪਾਂ ਬਾਈ ਜੀ ਕੋਲੋਂ ਗਾਣੇ ਤੁਹਾਨੂੰ ਲੈ ਕੇ ਦੇ ਸਕਦੇ ਹਾਂ। ਓਕੇ ਜੀ, ਸਾਰਿਆਂ ਨੂੰ ਮੇਰੇ ਵੱਲੋਂ ਹੋਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ।